ਕੱਚੀਆਂ ਖਜੂਰਾ ਤੁਸੀਂ ਦੇਖੀਆਂ ਹੋਵंगी ਆ ਮਾਰਕੀਟ ਦੇ ਵਿੱਚ ਜਾਂ ਜੋਦੇ ਬਾਰੇ ਗੱਲਬਾਤ ਕਰਾਂਗੇ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਪਾਈ ਗਈ ਆ ਵਿਟਾਮਿਨ ਬੀ ਪੈਂਦਾ ਇਹਦੇ ਵਿੱਚ ਕੁਦਰਤ ਵੱਲੋਂ ਰੱਬ ਨੇ ਪਾਇਆ ਉਹ ਜਿਹੜਾ ਵਿਟਾਮਿਨ ਬੀ ਆ ਉਹ ਭਰਪੂਰ ਮਾਤਰਾ ਬਹੁਤ ਘੱਟ ਫਰੂਟਾਂ 'ਚ ਮਿਲੂਗਾ ਤੁਹਾਨੂੰ ਕਿਸੇ 'ਚ ਇਹ ਹੁੰਦਾ ਕਿਸੇ 'ਚ ਸੀ ਹੁੰਦਾ ਵਿਟਾਮਿਨ ਬੀ ਜਿਹੜਾ ਹੈਗਾ ਇਹ ਬਹੁਤ ਘੱਟ ਫਰੂਟਾਂ 'ਚ ਤੁਹਾਨੂੰ ਪਤਾ ਜਿਹੜਾ ਵਿਟਾਮਿਨ ਬੀ ਹੈ ਇਹ ਤੁਹਾਡੇ ਇਹ ਜਿਹੜੇ ਹੈ ਇਸ ਦੇ ਰੂਟ ਹੈ ਬਾਲਾਂ ਦੇ ਰੂਟ ਨੂੰ ਮਜ਼ਬੂਤ ਕਰਦਾ ਹੈ ਬਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ ਇਹਦਾ ਇੱਕ ਫਾਇਦਾ ਜਿਹੜਾ ਦੱਸਿਆ ਗਿਆ ਇੱਚ ਇੱਕ ਤਾਂ ਜ਼ੀਰੋ ਕੈਲਰੀ ਆ ਮਿੱਠੇ ਦੀ ਮਿਠਾਈ ਮਿੱਠਾ ਬਰੈਤ ਕੈਲਰੀ ਨਹੀਂ ਆ ਕੁਦਰਤ ਨੇ ਸ਼ੂਗਰ ਦੇ ਮਰੀਜ਼ਾਂ ਲਈ ਤੇ ਭਾਰਨ ਘਟਾਉਣ ਵਾਲਿਆਂ ਵਾਸਤੇ ਬਹੁਤ ਫਾਇਦੇਮੰਦ ਦੱਸਿਆ ਹੈ ਮਾਸਪੇਸ਼ੀਆਂ ਦੇ ਵਿੱਚ ਜਿਨ੍ਹਾਂ ਦੇ ਅਕੜਨ ਰਹਿੰਦੀ ਆ ਜਕੜਨ ਰਹਿੰਦੀ ਆ ਮਾਸਪੇਸ਼ੀਆਂ ਹੈ ਸਰੀਰ ਜ ਟੁੱਟੀ ਜਾਂਦਾ ਕਿਸੇ ਨੂੰ ਸਰਵਾਈਕਲ ਹੋ ਗਿਆ ਕਿਸਦੇ ਕੋਈ ਕਈ ਮੈਨੂੰ ਆ ਕੇ ਕਹਿਣਗੇ ਵੀ ਗੋਲਸ ਪੱਟਾਂ ਜੀਆਂ ਚ ਦਰਦ ਹੋਈ ਜਾਂਦਾ ਪੁੜਿਆਂ ਜੀਆਂ ਚ ਦਰਦ ਹੋਈ ਜਾਂਦਾ ਉਹਨਾਂ ਲੋਕਾਂ ਵਾਸਤੇ ਇਹ ਬਹੁਤ ਗੁੱਡ ਚੀਜ਼ ਆ ਤੁਹਾਡੇ ਬਲੱਡ ਸੈੱਲ ਜਿਹੜੇ ਘਟ ਜਾਂਦੇ ਨੇ ਜਿਨ੍ਹਾਂ ਨੂੰ ਪਲੇਟਲੇਟ ਕਾਊਂਟ ਕਹਿੰਦੇ ਨੇ ਆਪਾਂ ਉਹਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਇਨਕਰੀਜ਼ ਕਰਦਾ ਔਰ ਇਹ ਖਾਣਾ ਚਾਹੀਦਾ ਔਰ ਇਹਦਾ ਇੱਕ ਸਭ ਤੋਂ ਵੱਡਾ ਚੀਜ਼ ਦੇਖੀ ਗਈ ਆ ਕਿ ਇਹਦਾ ਕੋਈ ਟਾਈਮ ਨਹੀਂ ਜਦੋਂ ਮਰਜ਼ੀ ਖਾਓ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਅੱਜ ਕੱਚੀਆਂ ਖਜੂਰਾ ਤੁਸੀਂ ਦੇਖੀਆਂ ਹੋਵੋਗੇ ਆ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਦੇਖਾ ਕੇ ਵੀ ਦੇਖੀਆਂ ਹੋਣਗੀਆਂ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਉਹ ਫਰੂਟ ਕਿੱਦਾਂ ਖਾਣਾ ਚਾਹੀਦਾ ਖਾਣਾ ਚਾਹੀਦਾ ਆ ਜਾਂ ਨਹੀਂ ਖਾਣਾ ਚਾਹੀਦਾ ਆ ਤੇ ਕਿੰਨੀ ਕੁਆਂਟੀਟੀ ਚ ਖਾਣਾ ਚਾਹੀਦਾ ਆ ਅੱਜ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਭਾਸ਼ ਗਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਬਹੁਤ ਬਹੁਤ ਸਵਾਗਤ ਹੈ ਜਸ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਸਰਨ ਬਹੁਤ ਸਤਿਕਾਰਪ੍ਰੀਤ ਨਿੱਗੀ ਪਿਆਰਪਰੀ ਸਸਤਰੀਕਾਲ ਜੀ ਨਮਸਕਾਰ ਸਰ ਨਵਾਂ ਜਿਹਾ ਫਰੂਟ ਹੈ ਹਨਾ ਇਹ ਮੈਂ ਵੀ ਟੇਸਟ ਕੀਤਾ ਖਾਣ ਚ ਪਹਿਲਾਂ ਥੋੜਾ ਥੋੜਾ ਹੋਰ ਅਜੀਬ ਜਿਹਾ ਟੇਸਟ ਹੁੰਦਾ ਪਰ ਬਾਅਦ ਚ ਮਿੱਠਾ ਲੱਗਦਾ ਫਲ ਹਨਾ ਇਹ ਤੇ ਇਹ ਫਲ ਖਾਣਾ ਚਾਹੀਦਾ ਹੈ ਜਾਂ ਨਹੀਂ ਖਾਣਾ ਚਾਹੀਦਾ ਕਿੱਦਾਂ ਖਾਣਾ ਚਾਹੀਦਾ ਅੱਜ ਆਪਾਂ ਉਹ ਦੱਸਣਾ ਨਹੀਂ ਖਾਣਾ ਚਾਹੀਦਾ ਬਹੁਤ ਲੋਕਾਂ ਨੂੰ ਇਹਦੇ ਬਾਰੇ ਹੁਣ ਨੌਲੇਜ ਆ ਕੱਲ ਮੈਂ ਲੁਧਿਆਣਾ ਗਿਆ ਸੀਗਾ ਮੈਂ ਗੱਡੀ ਉੱਥੇ پارک ਕੀਤੀ ਜਾ ਕੇ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਨੇੜੇ ਜਦੋਂ ਤੋਂ ਬਾਹਰ ਨਿਕਲਿਆ ਨਾ ਜੀ ਮੈਂ ਮਾਰਕੀਟ ਵਾਸਤੇ ਤਾਂ ਅਕਸਰ ਜਿੰਨੀਆਂ ਵੀ ਰੇੜੀਆਂ ਸੀ ਜਿੰਨੇ ਸਾਰੇ ਫਰੂਟ ਉਹਨਾਂ ਕੋਲ ਹੈਗੇ ਸੀਗੇ ਡ੍ਰੈਗਨ ਵੀ ਸੀਗਾ ਬਸੰਮੀ ਵੀ ਸੀ ਸਾਰੇ ਚੀਕੂ ਬਗਰ ਤੇ ਲੇਕਿਨ ਨਾਲ ਉਹਨਾਂ ਨੇ ਖਜੂਰ ਬਹੁਤ ਭਰਪੂਰ ਮਾਤਰਾ ਚ ਰੱਖੀ ਹੋਈ ਸੀ ਪੀਲੇ ਰੰਗ ਦੀ ਕੱਚੀ ਤਾਂ ਮੈਂ ਵੀ ਉਹਨਾਂ ਨਾਲ ਡਿਸਕਸ ਕਰਦਾ ਰਿਹਾ ਤਾਂ ਉਹਨਾਂ ਨੇ ਖੁਦ ਵੀ ਦੱਸਿਆ ਬਦਲ ਅੱਧੇ ਬੈਦ ਤਾਂ ਹੁਣ ਇਹ ਵੀ ਬਣ ਗਏ ਫਰੂਟ ਸੇਲ ਕਰਨ ਵਾਲੇ ਕਿਉਂਕਿ ਅੱਜਕੱਲ YouTube ਨੇ ਲੋਕਾਂ ਨੂੰ ਨੌਲੇਜ ਦਿੱਤੀ ਆ ਤਾਂ ਉਹ ਕਹਿੰਦੇ ਜੀ ਇਹ ਨਾ ਜਿਹੜੇ ਆਪਣੇ ਲੋਕਾਂ ਦੇ ਸੈੱਲ ਘਟ ਜਾਂਦੇ ਆ ਵਾਈਟ ਸੌਰੀ ਰੈੱਡ ਸੈੱਲ ਘਟ ਜਾਂਦੇ ਆ ਬਲੱਡ ਦੇ ਵਿੱਚ ਉਹਦੇ ਵਾਸਤੇ ਤਾਂ ਕਮਾਲ ਦੀ ਚੀਜ਼ ਆ ਜੀ ਤੁਰੰਤ ਪੈਦਾ ਕਰ ਦਿਆ ਤੇ ਦੂਜਾ ਇਹਦੇ ਜਿਹੜੇ ਫਾਇਦੇ ਨੇ ਸਿਹਤ ਵਾਸਤੇ ਚ ਆਇਰਨ ਬਹੁਤ ਹੈ ਤੇ ਫਿਰ ਅਸੀਂ ਇਹਦੇ ਚ ਗ੍ਰੰਥ ਚ ਵੀ ਆ ਕੇ ਦੇਖਿਆ ਇਦੇ ਬਾਰੇ ਮੈਂ ਸੋਚਿਆ ਵੀ ਇਹਦਾ ਵੀਡੀਓ ਦਨੇ ਲੋਕਾਂ ਨੂੰ ਲੋਖਰੀਤ ਬਹੁਤ ਰਹੀ ਸੀ ਖਾ ਵੀ ਰਹੇ ਨੇ ਥੋੜੀ ਜਿਹੀ ਅਧੂਰੀ ਜਾਣਕਾਰੀ ਹੈ ਉਹ ਆਪਾਂ ਅੱਜ ਕੰਪਲੀਟ ਕਰਦੇ ਆ ਇੱਕ ਤਾਂ ਇਹ ਸਮਝ ਲਓ ਵੀ ਜਿਹੜਾ ਕੱਚਾ ਇਹ ਹੈਗਾ ਆਪਣਾ ਖਜੂਰ ਇਹ ਲਿਖਿਆ ਗਿਆ ਗ੍ਰੰਥ ਦੇ ਵਿੱਚ ਵੀ ਸ ਇਹ ਸਿਹਤ ਲਈ ਮਤਲਬ ਵਰਦਾਨ ਹੈ ਵਰਦਾਨ ਦਾ ਮਤਲਬ ਇਹ ਹੁੰਦਾ ਵੀ ਫਿਰ ਇਹ ਸਾਰੀ ਕੰਮ ਵਧੀਆ ਕਰਦਾ ਹੈਲਥ ਦੇ ਵਿੱਚ ਜਾ ਕੇ ਔਰ ਸਭ ਤੋਂ ਪਹਿਲਾਂ ਇਹਦੇ ਵਿੱਚ ਲਿਖਿਆ ਵੀ ਲਾਲ ਖੂਨ ਦੇ ਸੈੱਲ ਵਧਾਉਣ ਵਾਸਤੇ ਇਸ ਵਿੱਚ ਆਇਰਨ ਦੀ ਭਰਪੂਰ ਮਾਤਰਾ ਹੈ ਤੁਹਾਡੇ ਬਲੱਡ ਸੈੱਲ ਜਿਹੜੇ ਘਟ ਜਾਂਦੇ ਨੇ ਜਿਨ੍ਹਾਂ ਨੂੰ ਪਲੇਟਲਟ ਕਾਊਂਟ ਕਹ ਦਿੰਦੇ ਆਪਾਂ ਉਹਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਇਨਕਰੀਜ਼ ਕਰਦਾ ਔਰ ਇਹ ਖਾਣਾ ਚਾਹੀਦਾ ਔਰ ਇਹਦਾ ਇੱਕ ਸਭ ਤੋਂ ਵੱਡਾ ਚੀਜ਼ ਦੇਖੀ ਗਈ ਹੈ ਕਿ ਇਹਦਾ ਕੋਈ ਟਾਈਮ ਨਹੀਂ ਜਦੋਂ ਮਰਜ਼ੀ ਖਾਓ ਔਰ ਇਹਨੂੰ ਬਹੁਤ ਜ਼ਿਆਦਾ ਮਾਤਰਾ ਚ ਨਹੀਂ ਖਾਣਾ ਇੱਕ ਵਾਰੀ ਚ ਤੁਸੀਂ 4 ਪੀਸ ਤੋਂ ਵੱਧ ਨਹੀਂ ਖਾ ਸਕਦੇ ਇੱਕ ਖਾ ਲਓ ਦੋ ਖਾ ਲਓ ਇੱਕ ਇੱਕ ਦੋ ਦੋ ਖਾਓਗੇ ਤਾਂ ਜ਼ਿਆਦਾ ਹੀ ਵਧੀਆ ਦਿਨ ਚ ਦੋ ਤਿੰਨ ਵਾਰੀ ਖਾ ਲੋਗੇ 5-6 ਪੀਸ ਰੋਜ਼ ਖਾ ਸਕਦੇ ਹੋ ਇਹ ਨਾ ਹੋਵੇ ਕਿ ਤੁਸੀਂ ਪਲੇਟ ਚ ਪਾ ਲਏ ਹੈਨਾ ਮਾਰਕੀਟ ਚੋਂ ਵੀ ਲੈ ਆਏ ਉਹਨਾਂ ਨੇ ਵੀ ਦੱਸਦਾ ਗੋਇਲ ਸਾਹਿਬ ਦਾ ਵੀਡੀਓ ਦੇਖ ਲਿਆ ਉਹ ਚ ਵੀ ਲੱਗ ਗਿਆ ਪਤਾ ਵੀ ਫਾਇਦਾ ਕਰਦਾ ਵੀ ਅੱਜ ਹੀ ਖਾਣੇ ਆ ਸਾਰੇ ਇਹ ਨਹੀਂ ਕਰਨਾ ਇਹ 50% ਤੋਂ ਵੱਧ ਨਹੀਂ پورے ਦਿਨ ਚ ਲੈਣੇ ਆਪਾਂ ਨੂੰ ਚਾਹੀਦੇ। ਬਾਕੀ ਤੁਹਾਡੀ ਆਪਣੀ ਸਿਹਤ ਦਾ ਤੁਸੀਂ ਧਿਆਨ ਰੱਖਣਾ। ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਪਾਈ ਗਈ ਆ ਵਿਟਾਮਿਨ B ਪੈਂਦਾ ਇਹਦੇ ਵਿੱਚ। ਕੁਦਰਤ ਵੱਲੋਂ ਰੱਬ ਨੇ ਪਾਇਆ। ਉਹ ਜਿਹੜਾ ਵਿਟਾਮਿਨ B ਆ ਉਹ ਭਰਪੂਰ ਮਾਤਰਾ ਬਹੁਤ ਘੱਟ ਫਰੂਟਾਂ 'ਚ ਮਿਲੂਗਾ ਤੁਹਾਨੂੰ। ਕਿਸੇ 'ਚ ਇਹ ਹੁੰਦਾ, ਕਿਸੇ 'ਚ ਸੀ ਹੁੰਦਾ। ਵਿਟਾਮਿਨ B ਜਿਹੜਾ ਹੈਗਾ ਇਹ ਬਹੁਤ ਘੱਟ ਫਰੂਟਾਂ 'ਚ ਤੁਹਾਨੂੰ ਪਤਾ ਕਿ ਜਿਹੜਾ ਵਿਟਾਮਿਨ B ਹੈ B for boy ਜਿਹੜਾ ਵਿਟਾਮਿਨ B ਹੈ ਇਹ ਤੁਹਾਡੇ ਜਿਹੜੇ ਹੈਅਰਸ ਦੇ ਰੂਟ ਹੈ ਵਾਲਾਂ ਦੇ ਰੂਟ ਨੂੰ ਮਜ਼ਬੂਤ ਕਰਦਾ ਹੈ ਵਾਲਾਂ ਨੂੰ ਸਿਹਤਮੰਦ ਬਣਾਉਂਦਾ ਹੈ ਪਰ ਵਾਲਾਂ ਵਾਸਤੇ ਇਸ ਵਿਟਾਮਿਨ B ਦੀ ਬਹੁਤ ਮਾਤਰਾ ਚਾਹੀਦੀ ਹੁੰਦੀ ਹੈ ਜਿਹੜੀ ਕਿ ਕੱਚੇ ਖਜੂਰ ਚ ਮਿਲਦੀ ਆ ਪੱਕੇ ਚ ਵੀ ਮਿਲਦੀ ਆ ਬਸ ਉਹ ਚ ਫੇਰ ਜਾ ਕੇ ਥੋੜਾ ਜਿਹਾ ਚੇਂਜ ਹੋ ਜਾਂਦਾ ਕੱਚੇ ਖਜੂਰ ਦੇ ਵਿੱਚ ਤਾਂ ਪ੍ਰੋਪਰ ਮਾਤਰਾ ਮਿਲਦੀ ਆ ਤੇ ਉਹ ਜਿਹੜੀ ਤੁਸੀਂ ਉਹਨੂੰ ਖਜੂਰ ਨੂੰ ਖਾਓਗੇ ਤੁਹਾਨੂੰ ਬਹੁਤ ਫਾਇਦਾ ਕਰੂਗਾ ਉਸ ਤੋਂ ਬਾਅਦ ਇਹ ਬਾਲਾਂ ਨੂੰ ਸਿਹਤਮੰਦ ਬਣਾਉਂਦਾ ਜੜ ਤੋਂ ਝੜਨ ਨੂੰ ਹਟਾਉਂਦਾ ਫੇਰ ਇੱਕ ਹੋਰ ਵੱਡੀ ਸਮੱਸਿਆ ਜਿਹੜੀ ਆਮ ਲੇਡੀਜ਼ ਦੇ ਵਿੱਚ ਆ ਜੈਂਟਸ ਦੇ ਵਿੱਚ ਹੈ ਕਿ ਟੈਂਪਰੇਚਰ ਲੋ ਹੋ ਜਾਂਦਾ ਬਾਡੀ ਦਾ ਜਦੋਂ ਟੈਂਪਰੇਚਰ ਲੋ ਹੁੰਦਾ ਫਿਰ ਤੁਹਾਡੇ ਕੋਲੇ ਕੋਈ ਵਿਕਲਪ ਹੀ ਨਹੀਂ ਹੁੰਦਾ ਕੋਈ ਦਵਾਈ ਨਹੀਂ ਕੰਮ ਕਰਦੀ ਬੰਦਾ ਪੈ ਜਾਂਦਾ ਹੈ ਲੇਟ ਜਾਂਦਾ ਹੈ ਬਲੋ ਉਹਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਸ ਦਿਨ ਬਸ ਉਹ ਗਈ ਉਹਦੀ ਦਿਹਾੜੀ ਉਹਦੇ ਵਾਸਤੇ ਇਹ ਕਮਾਲ ਦੀ ਚੀਜ਼ ਹੈ ਖਜੂਰ ਜੇ ਕੱਚੀ ਨਹੀਂ ਮਿਲਦੀ ਤਾਂ ਪੱਕੀ ਲਓ ਉਸ ਟਾਈਮ ਜ਼ਰੂਰ ਲਓ ਤਾਂ ਖਜੂਰ ਜਿਹੜੀ ਆ ਇਹ ਤੁਹਾਡੀ ਜਿਹੜੀ ਲੋ ਟੈਂਪਰੇਚਰ ਦੀ ਪ੍ਰੋਬਲਮ ਹੈ ਜਿਵੇਂ ਮੂਡ ਸਵਿੰਗ ਹੋ ਜਾਂਦਾ ਹੈ ਕਈ ਵਾਰੀ ਬੈਠੇ ਬੈਠੇ ਬੰਦੇ ਦਾ ਮੂਡ ਹੀ ਚੇਂਜ ਹੋ ਗਿਆ ਉਹੀ ਡਾਊਨ ਹੋ ਗਿਆ ਜਿਵੇਂ ਮਤਲਬ ਬਹੁਤ ਹੀ ਸੈਡ ਹੋ ਗਿਆ ਬੰਦਾ ਉਹਨੂੰ ਤੁਸੀਂ ਇੱਕ ਵਾਰ ਦੇਖੋ ਕਦੇ ਹੂੰ ਪੰਜ ਚਾਰ ਖਜੂਰ ਖਵਾ ਦਿਓ ਤੁਸੀਂ ਦੇਖੋ ਕਮਾਲ ਦਾ ਰਿਜ਼ਲਟ 15 20 ਮਿੰਟ ਚੋਂ ਦਾ ਮੂਡ ਫਰੈਸ਼ ਹੋ ਜੈਣਾ ਗੁੱਡ ਮੂਡ ਦੇ ਵਿੱਚ ਆ ਜਾਣਾ ਔਰ ਇਹਦਾ ਇੱਕ ਫਾਇਦਾ ਜਿਹੜਾ ਦੱਸਿਆ ਗਿਆ ਇੱਚ ਇੱਕ ਤਾਂ ਜ਼ੀਰੋ ਕੈਲਰੀ ਆ ਮਿੱਠੇ ਦੀ ਮਿਠਾਈ ਨਹੀਂ ਮਿੱਠਾ ਪਰ ਇਹ ਚ ਕੈਲਰੀ ਨਹੀਂ ਆ ਕੁਦਰਤ ਨੇ ਸ਼ੂਗਰ ਦੇ ਮਰੀਜ਼ਾਂ ਲਈ ਤੇ ਵਜ਼ਨ ਘਟਾਉਣ ਵਾਲਿਆਂ ਵਾਸਤੇ ਬਹੁਤ ਫਾਇਦੇਮੰਦ ਦੱਸਿਆ ਇਹਨੂੰ ਦੋਨਾਂ ਚੀਜ਼ਾਂ ਦੇ ਵਿੱਚ ਫਿਰ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਮਾਸਪੇਸ਼ੀਆਂ ਦੇ ਵਿੱਚ ਜਿਨ੍ਹਾਂ ਦੇ ਅਕੜਨ ਰਹਿੰਦੀ ਆ ਜਕੜਨ ਰਹਿੰਦੀ ਆ ਮਾਸਪੇਸ਼ੀਆਂ ਆਏ ਸਰੀਰ ਜ ਟੁੱਟੀ ਜਾਂਦਾ ਕਿਸੇ ਨੂੰ ਸਰਵਾਈਕਲ ਹੋ ਗਿਆ ਕਿਸਦੇ ਕੋਈ ਕਈ ਮੈਨੂੰ ਆ ਕੇ ਕਹਿਣਗੇ ਵੀ ਗੋਲਸ ਪੱਟਾਂ ਜੀਆਂ ਚ ਦਰਦ ਹੋਈ ਜਾਂਦਾ ਪੁੜਿਆਂ ਜੀਆਂ ਚ ਦਰਦ ਹੋਈ ਜਾਂਦਾ ਉਹਨਾਂ ਲੋਕਾਂ ਵਾਸਤੇ ਇਹ ਬਹੁਤ ਗੁੱਡ ਚੀਜ਼ ਆ ਇਸ ਕਰਕੇ ਕੱਚਾ ਖਜੂਰ ਕੱਚਾ ਖਜੂਰ ਲੈਣ ਵੇਲੇ ਬਹੁਤ ਧਿਆਨ ਰੱਖੋ ਕਿ ਬਿਲਕੁਲ ਬੋਲਣਾ ਨਹੀਂ ਹੋਣਾ ਚਾਹੀਦਾ ਹਾਰਡ ਮਜ਼ਬੂਤ ਹੋਣਾ ਚਾਹੀਦਾ ਮਤਲਬ ਇਹਨੂੰ ਖਾਂਦੇ ਹੋਏ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਰਾਂਚੀ ਹੋਣਾ ਚਾਹੀਦਾ ਤਾਂ ਖਜੂਰ ਖਾਓ ਕੱਚਾ ਇਹਦੇ ਫਾਇਦੇ ਜਿਹੜੇ ਆ ਉਹ ਬਹੁਤ ਵਧੀਆ ਨੇ ਔਰ ਮੈਂ ਲੁਧਿਆਣੇ ਗਿਆ ਸੀ ਮੈਨੂੰ ਉਸ ਰੇੜੀ ਵਾਲ ਨੇ ਐਜੂਕੇਟ ਕੀਤਾ ਤੇ ਉਸ ਤੋਂ ਬਾਅਦ ਮੈਂ ਆ ਕੇ ਗ੍ਰੰਥ ਦੇ ਵਿੱਚ ਇਹਨੂੰ ਪੜਿਆ ਪੜਨ ਤੋਂ ਬਾਅਦ ਫਿਰ ਮੈਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕੱਚਾ ਖਜੂਰ ਜਿੱਥੇ ਵੀ ਮਿਲੇ ਜਿਸ ਰੂਪ ਚ ਵੀ ਮਿਲੇ ਉਹ ਤੁਹਾਨੂੰ 5-4 ਪੀਸ ਡੇਲੀ ਖਾਣੇ ਚਾਹੀਦੇ ਖਾਓ ਔਰ ਅੱਜਕੱਲ ਬਹੁਤ ਆ ਰਿਹਾ enjoy ਕਰੋ ਕਿਉਂਕਿ ਅੱਜ ਕੱਲ ਦਾ ਮਤਲਬ ਵੀਡੀਓ ਆਪਾਂ ਅੱਜ ਬਣਾ ਰਿਹਾ ਅੱਜ ਹੈਗਾ ਸਾਡੇ ਕੋਲੇ ਅਗਸਤ ਦਾ ਮਹੀਨਾ 2023 ਦਾ ਬਹੁਤ ਆ ਰਿਹਾ ਅਗਸਤ ਦੇ ਮਹੀਨੇ ਚ ਹਮੇਸ਼ਾ ਹੁੰਦਾ ਤੇ ਇਹ ਹਲੇ ਰਹੂਗਾ ਤੁਹਾਡੇ ਕੋਲੇ ਬਹੁਤ ਦੇ ਰੱਬ ਦੀ ਕੁਦਰਤ ਹੈ ਤਾਂ ਇਹਨੂੰ ਤੁਸੀਂ enjoy ਕਰੋ ਬਹੁਤ ਬਹੁਤ ਸ਼ੁਕਰ ਹੈ ਸਰ ਜੀ ਤੁਹਾਡਾ ਵੀ ਜਸ ਬਹੁਤ-ਬਹੁਤ ਸ਼ੁਕਰੀਆ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਉਮੀਦ ਹੈ ਕਿ ਅਸੀਂ ਜਿਹੜੇ ਤੁਹਾਨੂੰ ਥੋੜੇ ਥੋੜੇ ਫਲਾ ਵਾਸਤੇ ਸਬਜ਼ੀਆਂ ਵਾਸਤੇ ਦੱਸ ਰਹੇ ਆ ਇਹ ਤੁਹਾਡੀ ਲਾਈਫ ਦੇ ਵਿੱਚ ਵੱਡੀ ਚੇਂਜ ਲੈ ਕੇ ਆਉਣਗੇ ਤੇ ਇੱਕ ਤੁਹਾਨੂੰ ਮੈਂ ਹਮੇਸ਼ਾ ਦੱਸਦਾ ਰਹਿਣਾ ਮੇਥੀ ਕਲੌਂਜੀ ਜਿਹੜੀ ਰਾਤ ਨੂੰ ਭੋਗ ਕੇ ਲਿਆ ਕਰੋ ਜੇ 슈ਗਰ ਹੈ ਕੋਲੇਸਟ੍ਰੋਲ ਹੈ ਜੋੜਾਂ ਚ ਦਰਦ ਹੈ ਇਹਨੇ ਹੌਲੀ ਹੌਲੀ 5-6 ਮਹੀਨੇ ਚ ਤੁਹਾਨੂੰ ਥੈਂਕ ਯੂ ਕਰਵਾ ਦੇਣਾ ਸੋ ਜੀ ਜੇਕਰ ਤੁਹਾਡਾ ਵੀ ਕੋਈ ਸੁਝਾਅ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਦੇਖਦੇ ਰਹੋ ਸਾਡਾ ਚੈਨਲ ਮੈਨੂੰ ਦਿਓ ਇਜਾਜ਼ਤ ਸੁਸ਼ੇਕਾ